ਅਕਸ਼ੇ ਕੁਮਾਰ ਦੇ ਫੈਨਸ ਹੋ ਚੰਨ ਤਿਆਰ ਕਿਉਂਕਿ ਅਕਸ਼ੇ ਤੋਂ ਹੱਦ ਸਾਰਿਆਂ ਦਾ ਲਈ ਇੱਕ ਹੋਰ ਸੋਹਣੀ ਜੀ ਫਿਲਮ ਲੈ ਕੇ ਆ ਰਹੇ ਨੇ ਜੀਹਾਂ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਤੋਂ ਵਿੱਚ ਅਕਸ਼ੇ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਆਪਣੀ ਆਉਣ ਵਾਲੀ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਤੁਹਾਨੂੰ ਦੱਸ ਦਈਏ ਕਿ ਅਕਤੂਬਰ ਮਹੀਨੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਇੱਕ ਘੈਂਟ ਜੀ ਫਿਲਮ ਅਕਸ਼ੇ ਕੁਮਾਰ ਦੀ ਦੇਖਣ ਨੂੰ ਮਿਲੇਗੀ ਜੀਹਾਂ ਤੁਹਾਨੂੰ ਦੱਸ ਦਈਏ ਕਿ ਅਕਸ਼ੇ ਇਸ ਫਿਲਮ ਦਾ ਨਾਮ ਹੈ ਮਿਸ਼ਨ ਰਾਣੀ ਗੰਜ ਦ ਗ੍ਰੇਟ ਭਾਰਤ ਰੈਸਕਿਊ ਫਿਲਮ ਦੇ ਨਾਮ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਭਾਰਤ ਦੇ ਕਿਸੇ ਗੰਭੀਰ ਦੇ ਉੱਪਰ ਇਸ ਫਿਲਮ ਦੇ ਵਿੱਚ ਗੱਲਬਾਤ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਨੂੰ 6 ਅਕਤੂਬਰ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ ਐਂਡ ਮਿਸ਼ਨ ਰਾਣੀ ਗੰਜ ਦਾ ਗ੍ਰੇਟ ਭਾਰਤ ਰੈਸਕਿਊ ਦੇ ਪੋਸਟਰ ਜੋ ਤੁਸੀਂ ਦੇਖ ਸਕਦੇ ਹੋ ਕਿ ਤੁਹਾਨੂੰ ਅਕਸ਼ੇ ਕੁਮਾਰ ਦੇ ਨਾਲ ਪਿੱਛੇ ਕਾਫੀ ਕੁਰੂ ਨਜ਼ਰ ਆ ਰਹੀ ਹੈਗੀ ਹੈ ਯਾਨੀ ਕਿ ਇਸ ਫਿਲਮ ਦੇ ਵਿੱਚ ਕੁਝ ਮਾਈਨਿੰਗ ਦੀ ਗੱਲ ਹੋ ਸਕਦੀ ਹੈ ਪੈਟਰੋਲ ਦੀ ਗੱਲ ਹੋ ਸਕਦੀ ਹੈ ਕਿਸੇ ਐਸੇ ਵਿਸ਼ੇ ਦੀ ਗੱਲ ਹੋ ਸਕਦੀ ਹੈ ਜਦੋਂ ਭਾਰਤ ਬਹੁਤ ਜ਼ਿਆਦਾ ਖੁਸ਼ ਹੋਇਆ ਸੀ ਪਰ ਭਾਰਤ ਦੇ ਵਿੱਚੋਂ ਕੁਝ ਐਸੀ ਚੀਜ਼ ਮਿਲੀ ਸੀਗੀ ਹੋ ਸਕਦਾ ਹੈ ਕਿ ਇਹ ਕੋਈ ਰੀਅਲ ਰਾਨੀ ਵੀ ਹੋਵੇ ਇਸ ਬਾਰੇ ਜਿਹੜਾ ਹੈਗਾ ਤੁਹਾਨੂੰ ਜਲਦ ਹੀ ਅਕਸ਼ੇ ਦੀ ਫਿਲਮ ਦੇ ਵਿੱਚ ਦੇਖਣ ਨੂੰ ਮਿਲੇਗਾ ਜਦੋਂ ਫਿਲਮ ਦਾ ਟ੍ਰੇਲਰ ਆਊਟ ਹੋਏਗਾ ਇਸ ਪੋਸਟਰ ਨੂੰ ਸ਼ੇਅਰ ਕਰਦੇ ਆ ਅਕਸ਼ੇ ਨੇ ਲਿਖਿਆ ਹੀਰੋਜ਼ ਡੋਨਟ ਵੇਟ ਫਾਰ ਮੈਡਲਸ ਟੂ ਡੂ ਵਾਟਸ ਰਾਈਟ ਵਾਚ ਦ ਸਟੋਰੀ ਆਫ ਭਾਰਤਸ ਟ੍ਰੂ ਹੀਰੋ ਵਿਦ ਮਿਸ਼ਨ ਰਾਣੀ ਗੰਜ ਇਨ ਸਿਨੇਮਾਸ ਔਨ 6th ਅਕਟੋਬਰ ਟੀਜ਼ਰ ਆਊਟ ਟੂਮੋਰੋ ਯਾਨੀ ਕਿ ਟੀਜ਼ਰ ਅੱਜ ਰਿਲੀਜ਼ ਹੋ ਜਾਏਗਾ ਮਰ ਮਿਸ਼ਨ ਰਾਣੀ ਗੰਜ ਦ ਗ੍ਰੇਟ ਭਾਰਤ ਰੈਸਕਿਊ ਦੇ ਵਿੱਚ ਉਹਨਾਂ ਰੀਅਲ ਹੀਰੋਜ਼ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੇ ਭਾਰਤ ਦੇ ਵਿੱਚ ਕੁਝ ਨਾ ਕੁਝ ਚੀਜ਼ਾਂ ਨੂੰ ਲੱਭਣ ਜਿਆਦਾ ਮਿਹਨਤ ਕਰਦੇ ਨੇ ਔਰ ਇੱਕ ਟ੍ਰੂ ਇਵੈਂਟ ਦੇ ਉੱਪਰ ਬੇਸਡ ਹੈ ਕਹਾਣੀ ਔਰ ਇਸ ਕਹਾਣੀ ਨੂੰ ਡਾਇਰੈਕਟ ਕੀਤਾ ਹੈ ਤੀਨੂ ਸੁਰੇਸ਼ ਦੇਸਾਈ ਨੇ ਐਂਡ ਪ੍ਰੋਡਿਊਸ ਕੀਤਾ ਹੈ ਵਾਸੂ ਭਗਨਾਨੀ ਜੈਕੀ ਭਗਨਾਨੀ ਦੀਪਸ਼ਿਕਾ ਦੇਸ਼ਮੋਕ ਤੇ ਅਜੇ ਕਪੂਰ ਨੇ ਤੇ ਇਸ ਫਿਲਮ ਨੂੰ ਵਰਲਡਵਾਈਡ ਜਦੋਂ 6 ਅਕਤੂਬਰ ਨੂੰ ਰਿਲੀਜ਼ ਕੀਤਾ ਜਾਏਗਾ ਤੇ ਇਨ ਫਿਊਚਰ ਇਸ ਫਿਲਮ ਨੂੰ ਤੁਸੀਂ OTT ਦੇ ਉੱਪਰ Netflix ਪਲੇਟਫਾਰਮ ਦੇ ਉੱਪਰ ਦੇਖ ਸਕਦੇ ਹੋ ਪੋਸਟਰ ਜਿਹੜੇ ਨੇ ਮੇਕਰਸ ਵੱਲੋਂ ਤੇ ਅਕਸ਼ੇ ਵੱਲੋਂ ਤਿੰਨ ਸ਼ੇਅਰ ਕੀਤੇ ਗਏ ਨੇ ਔਰ ਤਿੰਨਾ ਪੋਸਟਰਸ ਦੇ ਵਿੱਚ ਇਮੋਸ਼ਨਸ ਦੀ ਗੱਲਬਾਤ ਤੁਸੀਂ ਦੇਖ ਸਕਦੇ ਹੋ ਜਿਸ बात ਨੇ ਕਿ ਇੱਕ ਇਨਸਾਨ ਕਿਵੇਂ ਕੁਝ ਅਚੀਵ ਕਰਕੇ ਖੁਸ਼ ਹੋ ਰਿਹਾ ਹੈ ਵੈਲ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੇ ਵਿੱਚ ਤੁਹਾਨੂੰ ਪਰਿਨੀਤੀ ਚੋਪੜਾ ਵੀ ਦੇਖਣ ਨੂੰ ਮਿਲੇਗੀ ਅਕਸ਼ੇ ਕੁਮਾਰ ਤੇ ਪਰਿਨੀਤੀ ਚੋਪੜਾ ਦੇ ਫੈਨਸ ਹੋ ਜਾਣ ਤਿਆਰ ਕਿਉਂਕਿ ਮੁੜ ਕੇ ਤੁਸੀਂ ਇੱਕ ਵਾਰ ਫੇਰ ਤੋਂ ਉਹਨਾਂ ਨੂੰ ਮਿਸ਼ਨ ਰਾਣੀ ਗੰਚ ਦੇ ਵਿੱਚ ਦੇਖੋਗੇ ਵੈਲ ਇਸ ਫਿਲਮ ਦੇ ਲਈ ਕਾਫੀ ਜ਼ਿਆਦਾ ਐਕਸਾਈਟਮੈਂਟ ਵਧ ਰਹੀ ਹੈ ਕਿਉਂਕਿ ਇਹ ਟਰੂ ਇਵੈਂਟਸ ਉੱਪਰ ਬੇਸਡ ਹੈ ਇੱਕ ਸੱਚੀ ਕਹਾਣੀ ਹੀਰੋਜ਼ ਜਿਹੜੇ ਸਿਰਫ ਪਰਦੇ ਦੇ ਉੱਪਰ ਦਿਖਾਏ ਜਾਂਦੇ ਨੇ ਉਹ ਨਹੀਂ ਹੁੰਦੇ ਜਿਹੜੇ ਭਾਰਤ ਲਈ ਲੜਦੇ ਨੇ ਉਹ ਹੀਰੋਜ਼ ਹੁੰਦੇ ਨੇ ਉਹਨਾਂ ਦੇ ਜਜ਼ਬਾਤ ਤੇ ਉਹਨਾਂ ਦੀਆਂ ਕਹਾਣੀਆਂ ਨੂੰ ਨਿਗੰਝ ਦੇ ਵਿੱਚ ਜੋ ਕਿ 6 ਅਕਤੂਬਰ ਨੂੰ ਰਿਲੀਜ਼ ਹੋਵੇਗੀ ਤੁਸੀਂ ਕਿੰਨਾ ਐਕਸਾਈਟਡ ਹੋ ਇਸ ਫਿਲਮ ਦੇਖਣ ਦੇ ਲਈ ਸਾਨੂੰ ਕਮੈਂਟ ਸੈਕਸ਼ਨਸ ਦੇ ਵਿੱਚ ਜ਼ਰੂਰ ਦੱਸਣਾ ਜਲਦੀ ਮੁਰਕੇ ਹਾਜ਼ਰ ਹੋਵਾਂਗੇ ਨਵੀਂ ਅਪਡੇਟ ਦੇ ਨਾਲ ਤੇ ਪੰਜਾਬੀ ਤੇ ਬਾਲੀਵੁੱਡ ਇੰਡਸਟਰੀਜ਼ ਦੀ ਅਪਡੇਟਸ ਟਾਈਮਲੀ ਅੰਥਲੇ ਲਈ ਸਾਨੂੰ ਲਾਈਕ ਕਰਨਾ ਫਾਲੋ ਕਰਨਾ ਤੇ ਸਾਨੂੰ ਵਕਫ ਵਕ ਪਲੇਟਫਾਰਮਸ ਉੱਪਰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਜਲਦੀ ਮੁਰਕੇ ਹਾਜ਼ਰ ਹੋਣਿਆ ਤਦ ਤੱਕ ਲਈ ਟਾਟਾ ਤੇ ਸਾਡਾ ਰੱਬ ਰਾਖਾ